LibreOffice Base ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਦੂਜੇ ਡੇਟਾ ਸੋਰਸਸ ਨੂੰ ਐਕਸੈਸ ਕਰਨਾ, .odb ਡੇਟਾਬੇਸਿਸ ਨੂੰ ਰਜਿਸਟਰ ਕਰਨਾ, ਡੇਟਾ ਸੋਰਸਸ ਵਿਊ ਕਰਨਾ ਅਤੇ ਰਾਈਟਰ ਵਿੱਚ ਡੇਟਾ ਸੋਰਸਸ ਦਾ ਪ੍ਰਯੋਗ ਕਰਨਾ। ਆਓ ਵੇਖੀਏ ਕਿ ਅਸੀਂ ਬੇਸ ਵਿੱਚ ਦੂਜੇ ਡੇਟਾ ਸੋਰਸਸ ਤੱਕ ਕਿਵੇਂ ਪੁੱਜ ਸਕਦੇ ਹਾਂ। LibreOffice Base databases ਤੋਂ ਇਲਾਵਾ ਦੂਜੇ data sources ਤੱਕ ਜਾਣ ਦੀ ਇਜਾਜ਼ਤ ਵੀ ਦਿੰਦਾ ਹੈ। ਇਹ ਇਹਨਾਂ ਨੂੰ ਦੂਜੇ LibreOffice documents ਨਾਲ ਲਿੰਕ ਕਰਨ ਦੀ ਇਜਾਜ਼ਤ ਵੀ ਦਿੰਦਾ ਹੈ। ਉਦਾਹਰਣ ਲਈ, ਅਸੀਂ ਇੱਕ ਸਪ੍ਰੈਡਸ਼ੀਟ ਜਾਂ ਇੱਕ ਸਰਲ ਟੈਕਸਟ ਡਾਕੂਮੈਂਟ ਤੱਕ LibreOffice Base ਦੇ ਅੰਦਰੋਂ ਹੀ ਪਹੁੰਚ ਸਕਦੇ ਹਾਂ ਅਤੇ ਫਿਰ ਇਹਨਾਂ ਨੂੰ LibreOffice Writer document ਨਾਲ ਲਿੰਕ ਕਰ ਸਕਦੇ ਹਾਂ। ਉਦਾਹਰਣ ਲਈ ਆਓ LibreOffice Calc ਨਾਲ ਇੱਕ ਉਦਾਹਰਣ ਸਪ੍ਰੈਡਸ਼ੀਟ ਬਣਾਈਏ। ਸਟਾਰਟ ਮੈਨਿਊ, ਆਲ ਪ੍ਰੋਗਰਾਮਸ ਤੇ ਕਲਿੱਕ ਕਰੋ ਅਤੇ LibreOffice ਸੂਟ ਮੈਨਿਊ ਖੋਲੋ। ਜਾਂ ਜੇ LibreOffice ਪਹਿਲਾਂ ਤੋਂ ਹੀ ਖੁੱਲ੍ਹਾ ਹੈ ਤਾਂ ਫਾਈਲ, ਨਿਊ ਅਤੇ ਸਪ੍ਰੈਡਸ਼ੀਟ ਤੇ ਕਲਿੱਕ ਕਰੋ ਅਤੇ ਇੱਕ ਨਵੀਂ ਸਪ੍ਰੈਡਸ਼ੀਟ ਖੋਲੋ। ਹੁਣ ਇਸ ਸਪ੍ਰੈਡਸ਼ੀਟ ਵਿੱਚ ਆਓ ਕੁਝ ਸਿੰਪਲ ਡੇਟਾ ਟਾਈਪ ਕਰੀਏ, ਜਿਸ ਤਰ੍ਹਾਂ ਇਮੇਜ ਵਿੱਚ ਦਿਖਾਇਆ ਗਿਆ ਹੈ। ਅਤੇ ਇਸ ਸਪ੍ਰੈਡਸ਼ੀਟ ਨੂੰ ਲਾਇਬ੍ਰੇਰੀ ਮੈਂਬਰਸ ਦੇ ਤੌਰ ਤੇ ਇੱਕ ਡਾਇਰੈਕਟਰੀ ਲੋਕੇਸ਼ਨ ਉੱਤੇ ਸੇਵ ਕਰੋ। ਆਓ ਹੁਣ ਇਸ ਲੋਕੇਸ਼ਨ ਨੂੰ ਯਾਦ ਕਰੀਏ, ਕਿਉਂਕਿ ਸਾਨੂੰ ਆਪਣੇ ਉਦਾਹਰਣ ਵਿੱਚ ਅੱਗੇ ਇਹ ਫਾਈਲ ਇਸਤੇਮਾਲ ਕਰਨੀ ਪਵੇਗੀ ਅਤੇ ਅਸੀਂ ਕੈਲਕ ਵਿੰਡੋ ਬੰਦ ਕਰ ਦਿਆਂਗੇ। ਚੰਗਾ, ਆਓ ਹੁਣ ਵੇਖੀਏ ਕਿ ਅਸੀਂ LibreOffice ਤੋਂ ਇਸ ਸਪ੍ਰੈਡਸ਼ੀਟ ਤੱਕ ਕਿਵੇਂ ਪਹੁੰਚ ਸਕਦੇ ਹਾਂ। ਇਹ ਕਰਨ ਲਈ ਬੇਸ ਨੂੰ ਵਿੰਡੋਜ਼ ਸਟਾਰਟ ਮੈਨਿਊ ਤੋਂ ਖੋਲ੍ਹੋ ਜਾਂ ਜੇਕਰ LibreOffice ਪਹਿਲਾਂ ਤੋਂ ਹੀ ਖੁੱਲ੍ਹਾ ਹੈ ਤਾਂ ਅਸੀਂ ਫਾਈਲ, ਨਿਊ ਅਤੇ ਡੇਟਾਬੇਸ ਤੇ ਕਲਿੱਕ ਕਰ ਸਕਦੇ ਹਾਂ। ਹੁਣ ਇਹ ਡੇਟਾਬੇਸ ਵਿਜ਼ਿਟ ਖੋਲ੍ਹ ਦਿੰਦਾ ਹੈ। ਇੱਥੇ ਅਸੀਂ ਕਲਿੱਕ ਕਰਦੇ ਹਾਂ ਕਨੈਕਟ ਟੂ ਐਨ ਐਗਜ਼ਿਸਟਿੰਗ ਡੇਟਾਬੇਸ। ਹੁਣ ਡ੍ਰੌਪ ਡਾਊਨ ਤੇ ਕਲਿੱਕ ਕਰੋ। ਇਸ ਸੂਚੀ ਵਿੱਚ ਵੱਖ ਵੱਖ ਡੇਟਾਬੇਸ ਸੋਰਸਿਸ ਵੇਖੋ ਜਿੱਥੇ ਤੱਕ ਬੇਸ ਪਹੁੰਚ ਸਕਦਾ ਹੈ ਅਤੇ ਅਸੀਂ ਇੱਥੇ ਸਪ੍ਰੈਡਸ਼ੀਟ ਤੇ ਕਲਿੱਕ ਕਰਾਂਗੇ ਅਤੇ ਨੈਕਸਟ ਬਟਨ ਉੱਤੇ। ਹੁਣ ਬ੍ਰਾਊਜ਼ ਬਟਨ ਦਾ ਪ੍ਰਯੋਗ ਕਰਕੇ ਸਪ੍ਰੈਡਸ਼ੀਟ ਨੂੰ ਉੱਥੇ ਪਾਲੀਏ ਜਿੱਥੇ ਅਸੀਂ ਇਸ ਨੂੰ ਪਹਿਲੇ ਸੇਵ ਕੀਤਾ ਸੀ। ਜੇ ਸਪ੍ਰੈਡਸ਼ੀਟ ਦਾ ਕੋਈ ਪਾਸਵਰਡ ਹੈ ਤਾਂ ਇਹ ਦੇਣਾ ਪਵੇਗਾ, ਪਰ ਇੱਥੇ ਸਾਨੂੰ ਇਸ ਦੀ ਲੋੜ ਨਹੀਂ। ਆਓ ਨੈਕਸਟ ਬਟਨ ਤੇ ਕਲਿੱਕ ਕਰੀਏ। ਆਓ ਹੁਣ ਸਪ੍ਰੈਡਸ਼ੀਟ ਨੂੰ ਇੱਕ ਡੇਟਾ ਸੋਰਸ ਵਾਂਗ ਰਜਿਸਟਰ ਕਰੀਏ ਅਤੇ ਐਡੀਟਿੰਗ ਲਈ ਇਸ ਨੂੰ ਓਪਨ ਕਰੀਏ ਅਤੇ ਫਿਨਿਸ਼ ਬਟਨ ਤੇ ਕਲਿੱਕ ਕਰੀਏ। ਆਓ ਡੇਟਾਬੇਸ ਨੂੰ ਕੋਈ ਨਾਮ ਦਈਏ। ਆਓ ਟਾਈਪ ਕਰੀਏ ਲਾਇਬ੍ਰੇਰੀ ਮੈਂਬਰਸ। ਸੇਵ ਇਸ ਟਾਈਪ ਤੇ ਧਿਆਨ ਦਿਓ, ਇਹ ਦੱਸ ਰਿਹਾ ਹੈ ODF ਡੇਟਾਬੇਸ, ਜੋ ਸਾਡੇ ਕੇਸ ਵਿੱਚ ਹੈ .odb। ਅਤੇ ਇਸ ਨੂੰ ਉਸੇ ਲੋਕੇਸ਼ਨ ਤੇ ਸੇਵ ਕਰੋ ਜਿੱਥੇ ਸਪ੍ਰੈਡਸ਼ੀਟ ਕੀਤੀ ਸੀ। ਲਓ ਹੁਣ ਅਸੀਂ ਸਪ੍ਰੈਡਸ਼ੀਟ ਨੂੰ ਬੇਸ ਵਿੱਚ ਇੱਕ ਡੇਟਾ ਸੋਰਸ ਦੇ ਤੌਰ ਤੇ ਰਜਿਸਟਰ ਕਰ ਲਿਆ ਹੈ। ਅਸੀਂ ਹੁਣ ਪ੍ਰਮੁੱਖ ਬੇਸ ਵਿੰਡੋ ਵਿੱਚ ਹਾਂ। ਇੱਥੇ ਆਓ ਲੈਫਟ ਪੈਨਲ ਵਿੱਚ ਟੇਬਲਸ ਆਈਕਨ ਤੇ ਕਲਿੱਕ ਕਰੀਏ। ਟੇਬਲਸ ਤੇ ਧਿਆਨ ਦਿਓ, ਸ਼ੀਟ 1, ਸ਼ੀਟ 2 ਅਤੇ ਸ਼ੀਟ 3। ਆਓ ਸ਼ੀਟ 1 ਤੇ ਡਬਲ ਕਲਿੱਕ ਕਰੀਏ ਅਤੇ ਇਸ ਨੂੰ ਖੋਲ੍ਹੀਏ। ਸਪ੍ਰੈਡਸ਼ੀਟ ਦਾ ਡੇਟਾ ਤੁਹਾਡੇ ਸਾਹਮਣੇ ਹੈ। ਹੁਣ ਸਪ੍ਰੈਡਸ਼ੀਟ ਤੱਕ ਪਹੁੰਚਣ ਦੇ ਇਸ ਤਰੀਕੇ ਨਾਲ ਅਸੀਂ ਇੱਥੋਂ ਕੋਈ ਬਦਲਾਵ ਨਹੀਂ ਕਰ ਸਕਦੇ। ਅਸੀਂ ਇੱਥੋਂ ਕੇਵਲ ਡੇਟਾ ਦੇਖ ਸਕਦੇ ਹਾਂ ਜਾਂ ਕੁਐਰੀਜ਼ ਤਿਆਰ ਕਰ ਸਕਦੇ ਹਾਂ ਜਾਂ ਪਹਿਲਾਂ ਬਣੇ ਡੇਟਾ ਤੇ ਆਧਾਰਿਤ ਰਿਪੋਰਟਾਂ ਤਿਆਰ ਕਰ ਸਕਦੇ ਹਾਂ। ਸੋ ਪਰਿਵਰਤਨ ਸਿੱਧੇ ਸਪ੍ਰੈਡਸ਼ੀਟ ਉੱਤੇ ਹੀ ਕਰਨੇ ਪੈਣਗੇ। .odb ਡੇਟਾਬੇਸਿਸ ਨੂੰ ਰਜਿਸਟਰ ਕਰਨਾ।
ਕੁਝ ਦੂਜੇ ਪ੍ਰੋਗਰਾਮਸ ਵੀ ਨੇ ਜਿਹੜੇ .odb ਡੇਟਾਬੇਸਿਸ ਬਣਾ ਸਕਦੇ ਹਨ ਜਿਵੇਂ ਕਿ openoffice.org ਇਹਨਾਂ ਨੂੰ ਲਿਬਰੇਆਫਿਸ ਬੇਸ ਅੰਦਰ ਇਸਤੇਮਾਲ ਕਰਨ ਲਈ ਤੁਹਾਨੂੰ ਇਹਨਾਂ ਨੂੰ ਪਹਿਲਾਂ ਬੇਸ ਵਿੱਚ ਰਜਿਸਟਰ ਕਰਨਾ ਪਵੇਗਾ ਕਿਸੇ ਵੀ .odb ਡੇਟਾਬੇਸ ਨੂੰ ਰਜਿਸਟਰ ਕਰਨ ਲਈ ਤੁਹਾਨੂੰ ਕਰਨਾ ਪਵੇਗਾ ਓਪਨ ਬੇਸ ਅਤੇ ਚੁਣੋ ਟੂਲਸ ਆਪਸ਼ਨਸ ਲਿਬਰੇਆਫਿਸ ਬੇਸ ਅਤੇ ਡੇਟਾਬੇਸਿਸ ਰਜਿਸਟਰ ਡੇਟਾਬੇਸਿਸ ਹੇਠ ਨਿਊ ਤੇ ਕਲਿੱਕ ਕਰੋ ਜਿੱਥੇ ਡੇਟਾਬੇਸ ਸਥਿਤ ਹੈ ਉੱਥੇ ਤੱਕ ਬ੍ਰਾਊਜ਼ ਕਰੋ ਅਤੇ ਧਿਆਨ ਰੱਖੋ ਕਿ ਰਜਿਸਟਰਡ ਨਾਂ ਸਹੀ ਹੋਵੇ ਅਤੇ ਓਕੇ ਬਟਨ ਤੇ ਕਲਿੱਕ ਕਰੋ ਆਓ ਵੇਖੀਏ ਕਿ ਅਸੀਂ ਲਿਬਰੇਆਫਿਸ ਵਿੱਚ ਡੇਟਾ ਸੋਰਸਿਸ ਕਿਵੇਂ ਦੇਖ ਸਕਦੇ ਹਾਂ ਇਸ ਲਈ ਆਓ ਅਸੀਂ ਉਹੀ ਉਦਾਹਰਣ ਸਪਰੈਡਸ਼ੀਟ ਫੜੀਏ ਜੋ ਅਸੀਂ ਬੇਸ ਵਿੱਚ ਰਜਿਸਟਰ ਕੀਤੀ ਸੀ ਹੁਣ ਅਸੀਂ ਇਸ ਨੂੰ ਲਿਬਰੇਆਫਿਸ ਰਾਈਟਰ ਜਾਂ ਕੈਲਕ ਵਿੱਚ ਪ੍ਰਯੋਗ ਕਰ ਸਕਦੇ ਹਾਂ ਉਦਾਹਰਣ ਦੇ ਤੌਰ ਤੇ ਆਓ ਵੇਖੀਏ ਕਿ ਅਸੀਂ ਇਸ ਨੂੰ ਲਿਬਰੇਆਫਿਸ ਰਾਈਟਰ ਦੇ ਅੰਦਰ ਕਿਵੇਂ ਦੇਖ ਸਕਦੇ ਹਾਂ ਆਓ ਪਹਿਲਾਂ ਬੇਸ ਵਿੰਡੋ ਤੋਂ ਰਾਈਟਰ ਖੋਲ੍ਹੀਏ ਇਸ ਲਈ ਕਲਿੱਕ ਕਰੀਏ ਫਾਈਲ ਨਿਊ ਅਤੇ ਫਿਰ ਟੈਕਸਟ ਡਾਕੂਮੈਂਟ ਅਸੀਂ ਹੁਣ ਰਾਈਟਰ ਵਿੰਡੋ ਵਿੱਚ ਹਾਂ ਉਪਲਬਧ ਡੇਟਾ ਸੋਰਸਿਸ ਵੇਖਣ ਲਈ ਅਸੀਂ ਉੱਪਰ ਦਿੱਤੇ ਹੋਏ ਵਿਊ ਮੈਨੂ ਤੇ ਕਲਿੱਕ ਕਰਦੇ ਹਾਂ ਅਤੇ ਫਿਰ ਡੇਟਾ ਸੋਰਸਿਸ ਤੇ ਜਾਂ ਫਿਰ ਅਸੀਂ F4 ਕੀ ਪ੍ਰੈਸ ਕਰ ਸਕਦੇ ਹਾਂ ਅਸੀਂ ਹੁਣ ਖੱਬੇ ਪਾਸੇ ਟੌਪ ਉੱਤੇ ਰਜਿਸਟਰਡ ਡੇਟਾਬੇਸਿਸ ਦੀ ਸੂਚੀ ਦੇਖ ਸਕਦੇ ਹਾਂ ਜਿਸ ਵਿੱਚ ਸ਼ਾਮਿਲ ਹਨ ਲਾਇਬ੍ਰੇਰੀ ਮੈਂਬਰਸ ਜੋ ਅਸੀਂ ਹੁਣੇ ਬਣਾਏ ਹਨ ਡੇਟਾਬੇਸਿਸ ਖੋਲ੍ਹਣ ਲਈ ਅਸੀਂ ਇਸ ਨੂੰ ਖੋਲ੍ਹਾਂਗੇ ਡੇਟਾਬੇਸਿਸ ਦੇ ਨਾਂ ਦੇ ਖੱਬੇ ਲੱਗੇ ਪਲੱਸ ਸਿੰਬਲ ਨੂੰ ਕਲਿੱਕ ਕਰਕੇ ਅਤੇ ਅਸੀਂ ਟੇਬਲਸ ਐਕਸਪੈਂਡ ਕਰਾਂਗੇ ਇਹ ਹਨ ਸ਼ੀਟ 1 2 ਅਤੇ 3 ਆਓ ਸ਼ੀਟ 1 ਤੇ ਕਲਿੱਕ ਕਰੋ ਸੋ ਇਹ ਰਿਹਾ ਸਾਡਾ ਡੇਟਾ ਰਾਈਟਰ ਵਿੰਡੋ ਦੇ ਟੌਪ ਉੱਤੇ ਸੱਜੇ ਪਾਸੇ ਹੁਣ ਅਸੀਂ ਵੇਖਾਂਗੇ ਕਿ ਅਸੀਂ ਇਸ ਡੇਟਾ ਨੂੰ ਆਪਣੇ ਉਦਾਹਰਣ ਵਾਲੇ ਰਾਈਟਰ ਡਾਕੂਮੈਂਟ ਵਿੱਚ ਕਿਵੇਂ ਇਸਤੇਮਾਲ ਕਰ ਸਕਦੇ ਹਾਂ ਜੇ ਅਸੀਂ ਉੱਤੇ ਦਿੱਤੇ ਟੇਬਲ ਦਾ ਸਾਰਾ ਡੇਟਾ ਇਸਤੇਮਾਲ ਕਰਨਾ ਹੈ ਤਾਂ ਅਸੀਂ ਪਹਿਲਾਂ ਉੱਥੇ ਦੇ ਸਾਰੇ ਰਿਕਾਰਡ ਚੁਣਾਂਗੇ ਇਸ ਲਈ ਆਓ ਪਹਿਲੇ ਰਿਕਾਰਡ ਵਿੱਚ ਪਹਿਲੇ ਕਾਲਮ ਦੇ ਖੱਬੇ ਪਾਸੇ ਗ੍ਰੇ ਸੈੱਲ ਤੇ ਕਲਿੱਕ ਕਰੀਏ ਫਿਰ ਸ਼ਿਫਟ ਕੀ ਪ੍ਰੈਸ ਕਰਕੇ ਅਸੀਂ ਆਖਰੀ ਰਿਕਾਰਡ ਵਿੱਚ ਪਹਿਲੇ ਕਾਲਮ ਦੇ ਖੱਬੇ ਪਾਸੇ ਗ੍ਰੇ ਸੈੱਲ ਤੇ ਕਲਿੱਕ ਕਰਾਂਗੇ ਧਿਆਨ ਦਿਓ ਕਿ ਸਾਰਾ ਡੇਟਾ ਹਾਈਲਾਈਟ ਹੋ ਜਾਂਦਾ ਹੈ ਅਸੀਂ ਹੁਣ ਇਸ ਨੂੰ ਥੱਲੇ ਦੇ ਰਾਈਟਰ ਡਾਕੂਮੈਂਟ ਵਿੱਚ ਕਲਿੱਕ ਡਰੈਗ ਐਂਡ ਡ੍ਰੌਪ ਕਰ ਦਿਆਂਗੇ ਅੱਗੇ ਅਸੀਂ ਵੇਖਦੇ ਹਾਂ ਇੱਕ ਪੌਪਅਪ ਵਿੰਡੋ ਜਿਸ ਦਾ ਟਾਈਟਲ ਹੈ ਇਨਸਰਟ ਡੇਟਾਬੇਸ ਕਾਲਮਸ ਸੋ ਇੱਥੇ ਅਸੀਂ ਟੌਪ ਉੱਤੇ ਟੇਬਲ ਆਪਸ਼ਨ ਤੇ ਕਲਿੱਕ ਕਰਾਂਗੇ ਅਤੇ ਫਿਰ ਸਾਰੇ ਫੀਲਡਾਂ ਨੂੰ ਖੱਬੇ ਤੋਂ ਸੱਜੇ ਲਿਸਟ ਵਿੱਚ ਲੈ ਜਾਣ ਲਈ ਡਬਲ ਐਰੋ ਬਟਨ ਤੇ ਕਲਿੱਕ ਕਰਾਂਗੇ ਇੱਥੇ ਆਏ ਵੱਖ-ਵੱਖ ਵਿਕਲਪਾਂ ਤੇ ਗੌਰ ਕਰੋ ਇਸ ਵੇਲੇ ਅਸੀਂ ਕੇਵਲ ਓਕੇ ਬਟਨ ਤੇ ਕਲਿੱਕ ਕਰਾਂਗੇ ਅਤੇ ਇਹ ਹੈ ਡਾਕੂਮੈਂਟ ਵਿੱਚ ਮੌਜੂਦ ਸਾਰੇ ਡੇਟਾ ਦਾ ਟੇਬਲ ਆਓ ਹੁਣ ਵੇਖੀਏ ਕਿ ਅਸੀਂ ਕੱਲਾ-ਕੱਲਾ ਫੀਲਡ ਕਿਵੇਂ ਇਨਸਰਟ ਕਰ ਸਕਦੇ ਹਾਂ ਆਓ ਰਾਈਟਰ ਡਾਕੂਮੈਂਟ ਦੇ ਟੌਪ ਤੇ ਜਾਈਏ ਅਤੇ ਐਂਟਰ ਕੀ 2 ਵਾਰ ਪ੍ਰੈਸ ਕਰੀਏ ਫਿਰ ਟੌਪ ਉੱਤੇ ਖੱਬੇ ਪਾਸੇ ਜਾਈਏ ਇੱਥੇ ਟਾਈਪ ਕਰੀਏ ਮੈਂਬਰ ਨੇਮ ਕੋਲੋਨ ਅਤੇ ਫਿਰ ਟੌਪ ਸੱਜੇ ਪਾਸੇ ਡੇਟਾ ਸੋਰਸਿਸ ਏਰੀਆ ਵਿੱਚ ਨੇਮ ਕਾਲਮ ਤੇ ਕਲਿੱਕ ਕਰੋ ਅਸੀਂ ਹੁਣ ਇਸ ਨੂੰ ਟਾਈਪ ਕੀਤੇ ਟੈਕਸਟ ਦੇ ਨਜ਼ਦੀਕ ਕਲਿੱਕ ਡਰੈਗ ਐਂਡ ਡ੍ਰੌਪ ਕਰ ਦਿਆਂਗੇ ਅਸੀਂ ਟੈਬ ਕੀ ਪ੍ਰੈਸ ਕਰਾਂਗੇ ਅਤੇ ਟਾਈਪ ਕਰਾਂਗੇ ਫੋਨ ਨੰਬਰ ਕੋਲੋਨ ਅਤੇ ਅਸੀਂ ਜਾਣਦੇ ਹਾਂ ਕਿ ਅਸੀਂ ਕੀ ਕਰਨਾ ਹੈ ਨਹੀਂ
ਅਸੀਂ ਟੌਪ ਤੋਂ ਫੋਨ ਕਾਲਮ ਨੂੰ ਕਲਿੱਕ ਐਂਡ ਡ੍ਰੈਗ ਕਰਾਂਗੇ ਅਤੇ ਆਪਣੇ ਟੈਕਸਟ ਦੇ ਨਜ਼ਦੀਕ ਡ੍ਰੌਪ ਕਰ ਦਿਆਂਗੇ। ਆਹੁਣ ਅਸੀਂ ਪਹਿਲੇ ਰਿਕਾਰਡ ਨੂੰ ਇਸ ਦੇ ਖੱਬੇ ਪਾਸੇ ਦੇ ਗ੍ਰੇ ਸੈੱਲ ਤੇ ਕਲਿੱਕ ਕਰਕੇ ਇਸ ਨੂੰ ਹਾਈਲਾਈਟ ਕਰੀਏ। ਅਤੇ ਫਿਰ ਅਸੀਂ ਡੇਟਾ ਟੂ ਫੀਲਡਸ ਆਈਕਨ ਤੇ ਕਲਿੱਕ ਕਰਾਂਗੇ। ਇਹ ਪਾਇਆ ਜਾ ਸਕਦਾ ਹੈ ਟੇਬਲ ਡੇਟਾ ਟੂਲਬਾਰ ਵਿੱਚ ਟੌਪ ਉੱਤੇ ਫਾਰਮੈਟਿੰਗ ਟੂਲਬਾਰ ਦੇ ਹੇਠ। ਧਿਆਨ ਦਿਓ ਕਿ ਉੱਪਰ ਦੇ ਟੇਬਲ ਦੇ ਵਿੱਚ ਦਾ ਡੇਟਾ ਹੁਣ ਰਾਈਟਰ ਡਾਕੂਮੈਂਟ ਵਿੱਚ ਹੈ। ਇੱਕ ਹੋਰ ਰਿਕਾਰਡ ਲਿਆਉਣ ਲਈ ਸਾਨੂੰ ਕੇਵਲ ਦੂਜਾ ਰਿਕਾਰਡ ਹਾਈਲਾਈਟ ਕਰਨਾ ਹੈ ਅਤੇ ਫਿਰ ਡੇਟਾ ਟੂ ਫੀਲਡਸ ਆਈਕਨ ਇਸਤੇਮਾਲ ਕਰਨਾ ਹੈ। ਲਓ ਅਸੀਂ ਸਿੱਖ ਲਿਆ ਕਿ ਲਿਬਰੇ ਆਫਿਸ ਡਾਕੂਮੈਂਟ ਵਿੱਚ ਡੇਟਾ ਸੋਰਸਿਸ ਕਿਵੇਂ ਇਸਤੇਮਾਲ ਕਰਨੇ ਹਨ। ਇਸੇ ਨਾਲ ਅਸੀਂ ਲਿਬਰੇ ਆਫਿਸ ਬੇਸ ਵਿੱਚ ਦੂਜੇ ਡੇਟਾ ਸੋਰਸਿਸ ਤੱਕ ਪੁੱਜਣ ਬਾਰੇ ਟਿਊਟੋਰਿਅਲ ਦੇ ਅੰਤ ਤੇ ਆ ਗਏ ਹਾਂ। ਸੰਖੇਪ ਵਿੱਚ ਅਸੀਂ ਸਿੱਖਿਆ ਹੈ ਦੂਜੇ ਡੇਟਾ ਸੋਰਸਿਸ ਤੱਕ ਪੁੱਜਣਾ, .odb ਡੇਟਾਬੇਸਿਸ ਨੂੰ ਰਜਿਸਟਰ ਕਰਨਾ, ਡੇਟਾ ਸੋਰਸਿਸ ਨੂੰ ਵਿਊ ਕਰਨਾ ਅਤੇ ਰਾਈਟਰ ਵਿੱਚ ਡੇਟਾ ਸੋਰਸਿਸ ਦਾ ਪ੍ਰਯੋਗ ਕਰਨਾ। ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਇੱਕ ਭਾਗ ਹੈ ਜੋ ICT MHRD ਗਵਰਨਮੈਂਟ ਆਫ ਇੰਡੀਆ ਦੇ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਅਧੀਨ ਚਲਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਦਾ ਸੰਭਾਲ ਕਰ ਰਹੇ ਹਨ spoken-tutorial.org। ਇਸ ਬਾਰੇ ਹੋਰ ਜਾਣਕਾਰੀ ਇਸ ਲਿੰਕ ਤੇ ਉਪਲਬਧ ਹੈ। ਇਸ ਸਕ੍ਰਿਪਟ ਦਾ ਯੋਗਦਾਨ ਕੀਤਾ ਦੇਸੀ ਕਰੂ ਸੋਲੂਸ਼ਨਸ ਪ੍ਰਾਈਵੇਟ ਲਿਮਿਟਿਡ ਵੱਲੋਂ ਪ੍ਰਿਯਾ ਸੁਰੇਸ਼ ਨੇ। ਮੈਂ ਗਗਨਦੀਪ ਕੌਰ ਹੁਣ ਆਪ ਤੋਂ ਵਿਦਾ ਲੈਂਦੀ ਹਾਂ। ਭਾਗ ਲੈਣ ਲਈ ਧੰਨਵਾਦ।